ਟੀਵੀ ਦੇ ਮਸ਼ਹੂਰ ਕੋਕ ਸਟੂਡੀਓ ਵਿੱਚ ਗਾਉਣਾ ਹਰ ਗਾਇਕ ਦਾ ਸੁਪਨਾ ਹੁੰਦਾ ਹੈ ਪਰ ਹੁਣ ਇੱਥੇ ਗਾਉਣ ਦੇ ਚੱਕਰ ਵਿੱਚ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਇਸ ਦਾ ਖੁਲਾਸਾ ਕੀਤਾ ਹੈ ਮਸ਼ਹੂਰ ਪੰਜਾਬੀ ਗਾਇਕ ਨਰਮਲ ਸਿੱਧੂ ਨੇ ਦਰਸਲ ਕੋਕ ਸਟੂਡੀਓ ਦੇ ਨਾਂ ਤੇ ਨਰਮਲ ਸਿੱਧੂ ਨਾਲ ਠੱਗੀ ਦੀ ਕੋਸ਼ਿਸ਼ ਕੀਤੀ ਗਈ ਜਿਸ ਬਾਰੇ ਪਤਾ ਲੱਗਣ ਤੇ ਉਨ੍ਹਾਂ ਨੇ ਨਾ ਸਿਰਫ ਇਸ ਦੀ ਪੋਲ ਖੋਲੀ ਸਗੋਂ ਹੋਰ ਕਲਾਕਾਰਾਂ ਨੂੰ ਵੀ ਸਾਵਧਾਨ ਕੀਤਾ ਕੀ ਹੈ ਪੂਰਾ ਮਾਮਲਾ ਸੁਣਦੇ ਹਾਂ ਨਰਮਲ ਸਿੱਧੂ ਦੀ ਜ਼ੁਬਾਨੀ ਮਾਮਲਾ ਇਸ ਤਰ੍ਹਾਂ ਦਾ ਜੀ ਕਿ ਮੈਂ 10 ਵਜੇ ਦਾ ਟਾਈਮ ਸੀਗਾ ਅ ਇਹ 14 ਤਰੀਕ ਦੀ ਗੱਲ ਹੈ ਤੇ ਇੱਕ ਮੈਨੂੰ ਕਾਲ ਆਈ ਔਰ ਕਾਲ ਕਰਨ ਵਾਲੇ ਨੇ ਦੱਸਿਆ ਕਿ ਮੈਂ ਐਮਟੀਵੀ ਕੋਕ ਸਟੂਡੀਓ ਤੋਂ ਬੋਲਦਾ ਮੁੰਬਈ ਤੋਂ ਤੇ ਅਸੀਂ ਤੁਹਾਨੂੰ ਆਪਣੇ ਨੈਕਸਟ ਸੈਸ਼ਨ ਦੇ ਵਿੱਚ ਰਿਕਾਰਡ ਕਰਨਾ ਚਾਹੁੰਦੇ ਹਾਂ ਔਰ ਕਿਉਂਕਿ ਕੋਕ ਸਟੂడియో ਇੱਕ ਬਹੁਤ ਵੱਡਾ ਪਲੇਟਫਾਰਮ ਹੈ ਬਹੁਤ ਵਰਲਡ ਲੈਵਲ ਦਾ ਪਲੇਟਫਾਰਮ ਹੈ ਸੋ ਮੇਰੀ ਇੱਛਾ ਬੜੀ ਚੜਦੀ ਹੈ ਕਿ ਮੈਂ ਵੀ ਕੋਕ ਸਟੂడియో ਦੇ ਵਿੱਚ ਜਾਵਾਂ ਸੋ ਮੈਨੂੰ ਬੜੀ ਹੈਰਾਨਗੀ ਹੋਈ ਕਿ ਮੈਨੂੰ ਕੋਕ ਸਟੂడియో ਵੱਲੋਂ ਕਾਲ ਆਈ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ 뮤ਜ਼ਿਕ ਇੰਡਸਟਰੀ ਬਾਰੇ ਹੋਰ ਬਹੁਤ ਸਾਰੇ ਆਰਟਿਸਟਾਂ ਬਾਰੇ ਵੀ ਗੱਲਾਂ ਕੀਤੀਆਂ ਔਰ ਮੈਨੂੰ ਕਹਿਣ ਲੱਗੇ ਕਿ ਤੁਸੀਂ ਫ੍ਰੀ ਕਦੋਂ ਹੋ ਸਕਦੇ ਹੋ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਹਨਾਂ ਡੇਟਾ 'ਚ ਫ੍ਰੀ ਹਾਂ ਤਾਂ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਜਿਹੜੀਆਂ ਫਲਾਈਟਸ ਦਿੰਨੇ ਆ ਤੁਸੀਂ ਤੁਹਾਡੇ ਨਾਲ ਕੀ ਨਹੀਂ ਆਉ ਔਰ ਤੁਸੀਂ ਅਸੀਂ ਤੁਹਾਨੂੰ ਇੱਕ ਮੇਲ ਕਰਦੇ ਆ ਜਿਹੜੀ ਕਿ ਰਿਵਰਟ ਕਰਨੀ ਆ ਤੁਸੀਂ ਔਰ ਪੈਸੇ ਦੀ ਗੱਲਬਾਤ ਹੋਈ ਉਹਨਾਂ ਨੇ ਪੈਸਾ ਪੁੱਛਿਆ ਕਿੰਨਾ ਪੈਸਾ ਲਾਉਂਗੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਟਿਕਟਾਂ ਔਰ ਹੋਟਲ ਤੋਂ ਇਲਾਵਾ ਤਕਰੀਬਨ ਮੈਨੂੰ 2 ਲੱਖ ਰੁਪਏ ਜਿਹੜਾ ਤੁਸੀਂ ਦਿਓ ਮੇਰੇ ਗੀਤ ਦੀ ਕੀਮਤ ਔਰ ਉਸ ਤੋਂ ਬਾਅਦ ਮਤਲਬ ਮੈਂ ਗੀਤ ਰਿਕਾਰਡ ਕਰੂੰਗਾ ਤਾਂ ਉਹ ਬਾਅਦ ਵਿੱਚ ਮੈਨੂੰ ਦੋ ਤਿੰਨ ਵਾਰੀ ਉਹਨਾਂ ਦਾ ਫੋਨ ਆ ਗਿਆ ਬਾਅਦ ਚ ਕਹਿਣ ਲੱਗੇ ਕਿ ਅਸੀਂ ਗੁਰਦਾਸ ਮਾਨ ਜੀ ਨੂੰ 5 50 ਲੱਖ ਰੁਪਏ ਦਿੱਤਾ ਸੀਗਾ ਤੁਸੀਂ ਬਹੁਤ ਪੈਸੇ ਘੱਟ ਮੰਗੇ ਆ ਤੁਸੀਂ ਵੀ ਗੁਰਦਾਸ ਮਾਨ ਸਾਹ ਦੇ ਲੈਵਲ ਦੇ ਆਰਟਿਸਟ ਆ ਉਸ ਵਕਤ ਦੇ ਗਾਉਣੇ ਹੋ ਤੁਸੀਂ ਲੈਜੈਂਡ ਹੋ ਤੁਹਾਨੂੰ ਪੇਮੈਂਟ ਜ਼ਿਆਦਾ ਚਾਹੀਦੀ ਆ ਮੈਂ ਕਿਹਾ ਜੀ ਮੈਨੂੰ 2.5 ਲੱਖ ਰੁਪਈਆ ਦੇ ਦਿਓ ਤੁਸੀਂ ਬਾਕੀ ਜੇ ਵੱਧ ਦਵਾ ਸਕਦੇ ਜਿੰਨਾ ਮਰਜ਼ੀ ਦਵਾ ਦਿਓ ਮੈਂ ਇਨਕਾਰ ਨਹੀਂ ਕਰਦਾ ਮੇਰਾ ਉਦੋਂ ਵੀ ਮੱਥਾ ਥੋੜਾ ਜਿਹਾ ਥੜਕਿਆ ਸੀਗਾ ਲੇਕਿਨ ਉਹਨੇ 10 ਲੱਖ ਤੇ ਗੱਲ ਕੀਤੀ ਕਿ 10 ਲੱਖ ਰੁਪਈਆ ਲਓ ਤੁਸੀਂ ਤਾਂ ਥੋੜਾ ਜਿਹਾ ਮੈਨੂੰ ਦੇ ਦੇ ਜੋ ਬਾਕੀ ਤੁਸੀਂ ਰੱਖ ਲਿਓ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਔਰ ਉਸ ਤੋਂ ਬਾਅਦ ਚਾਰ ਪੰਜ ਵਾਰੀ ਫੋਨ ਆਇਆ ਕਹਿੰਦੇ ਜੀ ਸਾਡੇ ਹੁਣ ਜਿਹੜੇ ਆਫੀਸ਼ੀਅਲ ਟੀਮ ਹੈ ਉਹ ਤੁਹਾਨੂੰ ਕਾਲ ਆਏਗਾ ਔਰ ਉਹ ਤੁਹਾਨੂੰ ਡਿਕਲੋਂ ਸਾਰਾ ਤੁਹਾਡਾ ਅਕਾਊਂਟ ਨੰਬਰ ਲੈਗੀ ਤੇ ਤੁਹਾਨੂੰ ਕਿੱਦਾਂ ਮਤਲਬ ਪੈਸੇ ਸੀ ਪੇ ਕਰਨੇ ਆ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਉਹ ਬੰਦੇ ਗੱਲ ਕਰਨਗੇ ਸੌ ਦੇ ਘੰਟੇ ਬਾਅਦ ਮੈਨੂੰ ਇੱਕ ਹੋਰ ਸ਼ਖਸ ਦਾ ਫੋਨ ਆਇਆ ਜਿਨ੍ਹਾਂ ਨੇ ਕਿਹਾ ਕਿ ਮੈਂ ਕ੍ਰੈਡਿਟ ਮਤਲਬ ਸਾਈਡ ਦੇ ਵਿੱਚੋਂ ਬੋਲ ਰਿਹਾ ਮੈਂ ਸਾਰੀ ਪੇਮੈਂਟ ਕਰਨੀ ਹੈ ਤੇ ਤੁਸੀਂ ਇੱਕ ਕੰਮ ਕਰੋ ਕਿ ਇੱਕ ਬ੍ਰਾਡਕਾਸਟਿੰਗ ਲਾਇਸੈਂਸ ਹੈ ਪੀਪੀਐਲ ਦਾ ਉਹ ਬ੍ਰਾਡਕਾਸਟਿੰਗ ਲਾਇਸੈਂਸ ਸਾਨੂੰ ਤੁਸੀਂ ਲੈ ਕੇ ਦਿਓ ਤਾਂ ਮੈਂ ਇਹਨਾਂ ਨੂੰ ਕਿਹਾ ਜੀ ਬ੍ਰਾਡਕਾਸਟਿੰਗ ਲਾਇਸੈਂਸ ਤਾਂ ਮੇਰਾ ਕੰਮ ਨਹੀਂ ਹੈ ਤਾਂ ਜਿਹੜੀ ਕੰਪਨੀ ਨੇ ਗਾਣਾ ਰਿਲੀਜ਼ ਕਰਨਾ ਉਹਨੂੰ ਜ਼ਰੂਰਤ ਹੈ ਉਹ ਕਹਿਣ ਲੱਗੇ ਨਹੀਂ ਜੀ ਬਾਕੀ ਸਾਰਾ ਕੁਝ ਅਸੀਂ ਕਰਨਾ ਹੈ ਉਹ ਤੁਸੀਂ ਸਾਨੂੰ ਲੈ ਕੇ ਦਿਓ ਔਰ ਮੈਨੂੰ ਇਹ ਚੀਜ਼ ਦਾ ਪਤਾ ਸੀਗਾ ਕਿ ਪੀਪੀਐਲ ਇੰਡੀਆ ਦੇ ਵਿੱਚੋਂ ਜਿਹੜਾ ਬੰਦ ਹੋ ਚੁੱਕਿਆ ਹੈ ਔਰ ਯੂਕੇ ਦੇ ਵਿੱਚ ਹੈ ਤਾਂ ਮੈਂ ਇਹਨਾਂ ਨੂੰ ਕਿਹਾ ਠੀਕ ਹੈ ਜੀ ਮੈਂ ਪਤਾ ਕਰ ਲੈਣਾ ਤੇ ਕੀ ਪ੍ਰੋਸੀਜਰ ਹੈ ਕਹਿਣ ਲੱਗੇ ਜੀ 23500 ਰੁਪਿਆ ਲੱਗਣਾ ਜਿਹਦੀ ਫੀਸ ਹੈ ਜਿਹੜੀ ਕਿ ਤੁਹਾਨੂੰ ਬਾਅਦ ਵਿੱਚ ਰਿਫੰਡ ਕਰਾਂਗੇ ਅਸੀਂ ਔਰ ਉੱਥੇ ਫਿਰ ਮੈਨੂੰ ਇਹ ਮੱਥਾ ਮਰ ਟਣ ਗਿਆ ਕਿ ਇਹ ਗੱਲ ਜਿਹੜੀ ਹੈ ਇਹ ਥੋੜੀ ਜੀ ਮੁਸ਼ਕਲ ਲੱਗਦੀ ਹੈ ਕਿਉਂਕਿ ਕਦੇ ਵੀ ਆਰਟਿਸਟ ਪੀਪੀਐਲ ਜਾਂ ਆਈਪੀਆਰ ਅਸ ਤੋਂ ਕੋਈ ਲਾਇਸੈਂਸ ਨਹੀਂ ਲੈਣਾ ਹੁੰਦਾ ਔਰ ਦੂਸਰੀ ਗੱਲ ਜਦ ਤੱਕ ਹਾਲੇ ਮੇਰਾ ਗਾਣਾ ਹੀ ਪਤਾ ਨਹੀਂ ਕਿਹੜਾ ਰਿਕਾਰਡ ਹੋਣਾ ਹੈ ਹੋਣਾ ਹੈ ਕਿ ਨਹੀਂ ਹੋਣਾ ਤਾਂ ਲਾਇਸੈਂਸ ਪਹਿਲਾਂ ਲੈਣ ਦਾ ਕੋ ਮਤਲਬ ਹੀ ਨਹੀਂ ਬਣਦਾ ਮੰਨ ਲਓ ਅਗਰ ਗਾਣਾ ਰਿਕਾਰਡ ਹੋ ਜਾਂਦਾ ਗਾਣਾ ਫਾਈਨਲ ਹੋ ਜਾਂਦਾ ਫਿਰ ਗੱਲ ਵੱਖਰੀ ਸੀ ਤਾਂ ਮੈਨੂੰ ਉਦੋਂ ਲੱਗਿਆ ਕਿ ਇਹ ਕੋਈ ਗੜਬੜ ਹੈ ਔਰ ਮੈਂ ਉਸ ਤੋਂ ਬਾਅਦ ਆਪਣੇ ਮੇਰੇ ਦੋਸਤ ਨੇ ਜਗਮੀਤ ਬਲ ਬੰਬੇ ਮੈਂ ਉਹਨਾਂ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਮੈਂ ਦੱਸਿਆ ਕਿ ਐਦਾਂ ਦੀ ਗੱਲ ਆ ਉਹਨਾਂ ਨੇ ਕਿਹਾ ਕਿ ਮੈਨੂੰ ਫਰਾਡ ਲੱਗਦਾ ਪਰ ਹਾਲੇ ਵੇਟ ਕਰੋ ਕੱਲ ਹੀ ਨਾ ਕਰੋ ਤਾਂ ਮੈਂ ਉਹਨਾਂ ਨੂੰ ਕਿਹਾ ਓਕੇ ਜੀ ਠੀਕ ਹੈ ਮੈਂ ਪੈਸੇ ਦੇ ਦੇਣਾ ਦੱਸੋ ਮੈਂ ਇੱਕ ਪੈਸੇ ਕਿੱਦਾਂ ਦੇਵਾਂ ਉਹਨਾਂ ਨੇ ਮੈਨੂੰ ਇੱਕ ਅਕਾਊਂਟ ਨੰਬਰ ਭੇਜਿਆ ਦਿੱਲੀ ਦਾ ਉਹ ਅਕਾਊਂਟ ਨੰਬਰ ਵੀ ਮੇਰੇ ਕੋਲ ਆ ਕਹਿਣ ਲੱਗੀ ਇਹਦੇ ਅਕਾਊਂਟ ਦੇ ਵਿੱਚ ਪੈਸੇ ਪਾ ਦਊਗਾ ਤੁਹਾਨੂੰ ਬਾਅਦ ਵਿੱਚ ਅਸੀਂ ਪੈਸੇ ਦੀ ਦਵਾ ਕਿ ਮੈਂ ਕਹ ਜੀ ਮੈਂ ਪੀਪੀਐਲ ਦੇ ਅਕਾਊਂਟ ਦੇ ਵਿੱਚ ਹੀ ਪੈਸੇ ਪਾ ਦਵਾ ਕਹਿੰਦਾ ਫਿਰ ਤੁਹਾਨੂੰ ਰਿਫੰਡ ਹੋਣ ਦੀ ਸਾਡੀ ਗਰੰਟੀ ਨਹੀਂ ਹੈ ਸਾਨੂੰ ਦਿਓਗੇ ਤਾਂ ਅਸੀਂ ਰਿਫੰਡ ਕਰਾਵਾਂਗੇ ਜੇ ਪੀਪੀਐਲ ਨੂੰ ਦਿਓਗੇ ਤਾਂ ਫਿਰ ਪੀਪੀਐਲ ਕਿੱਦਾਂ ਦੇਊਗਾ ਸਾਨੂੰ ਕੋਈ ਪਤਾ ਨਹੀਂ ਜੇ ਉਹ ਵੀ ਕਹਿੰਦੇ ਤਾਂ ਉਹ ਵੀ ਦੇ ਦਿੰਨੇ ਆ ਫਿਰ ਮੈਨੂੰ ਲੱਗਿਆ ਕਿ ਅਸੀਂ ਕੈਸ਼ ਪੈਸੇ ਪੇਮੈਂਟ ਦੇ ਦਈਏ ਤਾਂ ਉਹਨੇ ਇੱਕ ਆਪਣਾ ਬੰਬੇ ਦਾ ਜੂ ਦਾ ਸਾਨੂੰ ਐਡਰੈਸ ਭੇਜਿਆ ਕਿ ਮੇਰੇ ਆਫਿਸ ਦਾ ਐਡਰੈਸ ਹੈ ਤੁਸੀਂ ਇੱਥੇ ਆ ਕੇ ਨਾਲੇ ਮੈਨੂੰ ਮਿਲ ਲਓ ਤੇ ਨਾਲੇ ਤੁਸੀਂ ਪੈਸੇ ਜਿਹੜੇ ਦੇ ਦਿਓ ਔਰ ਜਦੋਂ ਉਸ ਤੋਂ ਬਾਅਦ ਮੇਰੇ ਦੋਸਤਾਂ ਨਾਲ ਉਹਨਾਂ ਦੀ ਗੱਲਬਾਤ ਹੋਈ ਤਾਂ ਮੇਰੇ ਦੋਸਤਿਆਂ ਨੂੰ ਪੈਰੋਂ ਕੱਢਿਆ ਜਦੋਂ ਐਡਰੈਸ ਦੇ ਬਾਰੇ ਪੁੱਛਿਆ ਲਿਖਿਆ ਕੁਝ ਹੋਰ ਸੀ ਦਾਜ ਕੁਝ ਹੋਰ ਰਿਹਾ ਸੀਗਾ ਤਾਂ ਫਿਰ ਉਹਨਾਂ ਦੀ ਥੋੜੀ ਜਿਹੀ ਤਕਰਾਰ ਵੀ ਹੋਈ ਲੇਕਿਨ ਫਿਰ ਵੀ ਉਹ ਬੰਦੇ ਦਾ ਮੈਨੂੰ ਫੋਨ ਆਇਆ ਕਿ ਤੁਹਾਡਾ ਦੋਸਤ ਮੈਨੂੰ ਬੁਰਾ ਭਲਾ ਬੋਲ ਰਿਹਾ ਮੈਂ ਤਾਂ ਤੁਹਾਡੀ ਹੈਲਪ ਕਰ ਰਿਹਾ ਮੈਂ ਅੱਜ ਤੋਂ ਬਾਅਦ ਫੋਨ ਨਹੀਂ ਕਰੂੰਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪੈਸੇ ਮੈਂ ਦੇਉਂਗਾ ਡੋਨਟ ਵਰੀ 뮤직 ਡਾਇਰੈਕਟਰ ਕੌਣ ਹੋਊਗਾ ਸੋ ਉਹਨਾਂ ਨੇ ਮੈਨੂੰ 뮤직 ਡਾਇਰੈਕਟਰ ਦਾ ਜਦੋਂ ਨਾਮ ਦੱਸਿਆ ਤੇ ਮੈਂ ਹੈਰਾਨੀ ਫੋਨ ਆਏਗਾ ਸੋ ਉਸ ਤੋਂ ਬਾਅਦ ਜੀ ਪੂਰੇ 5 ਵਜੇ ਅਮਿਤ ਤਰਵੇਦੀ ਜੋ ਕਿ ਇਸ ਵਕਤ ਬੰਬੇ ਦਾ ਮੁੰਬਈ ਦਾ ਬਾਲੀਵੁੱਡ ਦਾ ਬਹੁਤ ਵੱਡਾ 뮤직 ਡਾਇਰੈਕਟਰ ਹੈ ਅਮਿਤ ਤਰਵੇਦੀ ਅਮਰ ਤਰਵੇਦੀ ਉੱਪਰ ਲਿਖਿਆ ਹੈ ਜਦੋਂ ਫੋਨ ਆਇਆ ਉਹਦੇ ਤੇ ਅਮਿਤ ਤਰਵੇਦੀ ਲਿਖਿਆ ਹੈ ਔਰ ਮੈਨੂੰ ਕਾਲ ਆ ਰਹੀ ਹੈ ਤੇ ਉਹ ਮੈਨੂੰ ਕਹਿ ਰਿਹਾ ਹਾਂ ਜੀ ਸਿੱਧੂ ਸਾਹਿਬ ਹਮ ਆਪਕੇ ਫੈਨ ਹੈ ਆਪਕੋ ਹਮ ਬਹੁਤ ਸੁਣਦੇ ਹਾਂ ਆਪ ਤੋ ਬਹੁਤ ਕਲਾਸਿਕਲ ਗਾਉਂਦੇ ਹੋ ਫੋਕ ਗਾਉਂਦੇ ਹੋ ਇੰਟਰਨੈਸ਼ਨਲ ਆਰਟਿਸਟ ਹੋ ਤੋ ਅੱਛੀ ਬਾਤ ਹੈ ਕਿ ਹਮ ਆਪਕੋ ਰਿਕਾਰਡ ਕਰੇਗੇ ਬਹੁਤ ਵੱਡਾ ਟਰੈਕ ਕਰੇਗੇ ਮੈਂ ਕਹਾਂ ਜੀ ਤੋ ਬਾਕੀ ਬਾਤ ਆਪ ਹੁਣ ਸੇ ਕਰ ਲੋ ਜੋ ਵੀ ਮੇਰੀ ਟੀਮ ਹੈ ਬਸ ਮੈਂ ਆਪਕੋ ਬੁਲਾਉਂਗਾ 22 ਕੋ ਆ ਜਾਓ 23 ਕੋ ਰਿਕਾਰਡਿੰਗ ਕਰਨਗੇ ਮੈਂ ਕਿਹਾ ਠੀਕ ਹੈ ਜੀ ਸੋ ਉਸ ਤੋਂ ਬਾਅਦ ਮੈਨੂੰ ਇਹ ਲੱਗਾ ਜੀ ਕਿ ਇਹ ਬੰਦਾ ਟੋਟਲ ਫਰਾਡ ਹੈ ਸੋ ਮੈਨੂੰ ਉਹਨਾਂ ਨੇ ਐਮਟੀਵੀ ਦੇ ਨਾਂ ਤੇ ਮੈਨੂੰ ਮੇਲ ਵੀ ਆਈ ਹੈ ਮੈਨੂੰ ਉਹਨਾਂ ਨੇ ਅਕਾਊਂਟ ਨੰਬਰ ਵੀ ਭੇਜਿਆ ਔਰ ਮੈਨੂੰ ਉਹਨਾਂ ਨੇ ਆਪਣਾ ਐਡਰੈਸ ਵੀ ਦਿੱਤਾ ਹੈ ਮੇਰੇ ਕੋਲੇ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਕਾਲਸ ਜਿਹੜੀਆਂ ਮੈਂ ਸਾਰੀਆਂ ਰਿਕਾਰਡ ਕੀਤੀਆਂ ਮੇਰੇ ਕੋਲ ਟੈਕਸਟ ਮੈਸੇਜ ਉਹਨਾਂ ਦੇ ਹੈਗੇ ਆ ਸਾਰਾ ਕੁਝ ਹੈ ਸੋ ਬਹੁਤ ਤੋਂ ਮਤਲਬ ਮੈਂ ਹੈਰਾਨ ਹੋ ਗਿਆ ਕਿ ਇੱਕ ਇੰਨਾ ਪੁਰਾਣਾ ਆਰਟਿਸਟ ਇੱਕ ਇੰਨਾ ਸੀਨੀਅਰ ਆਰਟਿਸਟ ਜਿਹਨੂੰ ਦੁਨੀਆ ਦੀ ਪੂਰੀ ਨੌਲੇਜ ਹੈ ਜਿਹੜਾ ਸਾਰੀ ਦੁਨੀਆ ਨੂੰ ਜਾਣਦਾ ਹੈ ਅਸੀਂ ਐਮਟੀਵੀ ਵੀਟੀਵੀ ਜੀਟੀਵੀ ਨਾਲ ਮੈਂ ਪਹਿਲਾਂ ਖੁਦ ਕੰਮ ਕੀਤਾ ਬੰਬੇ ਦੇ ਵਿੱਚ ਲੇਕਿਨ ਫਿਰ ਵੀ ਟਾਰਗੇਟ ਉਹਨਾਂ ਨੇ ਇੱਕ ਨਿਰਮਲ ਸਿੱਧੂ ਨੂੰ ਚੁਣਿਆ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਮੇਰੇ ਕੋਲ ਇੱਕ ਕਿਹਾ ਕਿ ਸਾਡੀ ਲੈਂਬਰ ਹਸੈਨਪੂਰੀ ਨਾਲ ਵੀ ਗੱਲਬਾਤ ਹੋ ਗਈ ਹੈ ਸੋ ਮੈਂ ਲੈਂਬਰ ਸਾਹਿਬ ਨਾਲ ਗੱਲ ਕੀਤੀ ਫੋਨ ਕਰਕੇ ਕਿ ਤੁਹਾਡੇ ਨਾਲ ਗੱਲ ਹੋਈ ਉਹ ਕਹਿੰਦੇ ਜੀ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਸੋ ਇੱਕ ਦੂਸਰੇ ਆਰਟਿਸਟ ਦਾ ਨਾਮ ਲੈ ਕੇ ਉਹ ਬੰਦੇ ਨੂੰ ਠੱਗਦੇ ਆ ਸੋ ਮੈਂ ਇਹੋ ਕਹਿਣਾ ਚਾਹਾਂਗਾ ਜਿਹੜੀ ਸਾਡੀ ਇੰਡਸਟਰੀ ਹੈ ਇੱਕ ਤਾਂ ਐਮਟੀਵੀ ਤੱਕ ਇਹਨਾਂ ਬੰਦਿਆਂ ਦੀ ਜਿਹੜੀ ਹੈਗੀ ਇਹ ਹਰਕਤ ਇਹ ਪਹੁੰਚਣੀ ਚਾਹੀਦੀ ਹੈ ਮੇਰਾ ਮਕਸਦ ਇਹ ਤਾਂ ਕਿ ਐਮਟੀਵੀ ਨੂੰ ਪਤਾ ਲੱਗੇ ਔਰ ਐਮਟੀਵੀ ਖੁਦ ਕਿਉਂਕਿ ਉਹਨਾਂ ਦੇ ਨਾਂ ਤੇ ਠੱਗੀ ਹੋ ਰਹੀ ਹੈ ਤੇ ਇੱਕ ਮੈਂ ਜਿੰਨੇ ਵੀ ਸਾਡਾ ਭਾਈਚਾਰਾ ਹੈ ਸਾਡੇ 뮤직 ਡਾਇਰੈਕਟਰ ਨੇ ਸਿੰਗਰ ਨੇ ਗਾਇਕ ਨੇ ਮੈਂ ਉਹਨਾਂ ਸਾਰਿਆਂ ਨੂੰ آگਾ ਕਰੂੰਗਾ ਇਦਾਂ ਦੀ ਕੋਈ ਵੀ ਤੁਹਾਨੂੰ ਅਗਰ ਕਾਲ ਆਉਂਦੀ ਹੈ ਤੇ ਤੁਸੀਂ ਬਹੁਤ ਚੱਕੰਨੇ ਹੋ ਕੇ ਉਹ ਕਾਲ ਸੁਣਨੀ ਹੈ ਐਕਸਾਈਟਮੈਂਟ ਨਹੀਂ ਲੈਣੀ ਮੈਂ ਵੀ ਪਹਿਲਾਂ ਥੋੜੀ ਜੀ ਐਕਸਾਈਟਮੈਂਟ ਲਈ ਸੀ ਮੈਂ ਆਪਣਾ ਅਕਾਊਂਟ ਨੰਬਰ ਵੀ ਦਿੱਤਾ ਸੀਗਾ ਮੈਂ ਆਪਣਾ ਐਡਰੈਸ ਵੀ ਦਿੱਤਾ ਸੀ ਲੇਕਿਨ ਮੈਂ ਉਹਨਾਂ ਨੇ ਮੈਨੂੰ ਮੇਲ ਰਿਵਰਟ ਕਰਨ ਵਾਸਤੇ ਕਿਹਾ ਜੋ ਮੈਂ ਨਹੀਂ ਕੀਤੀ ਕਿਉਂਕਿ ਮੈਨੂੰ ਪਤਾ ਸੀ ਮੇਲ ਰਿਵਰਟ ਕਰਨ ਦਾ ਮਤਲਬ ਹੁੰਦਾ ਏ ਤੁਹਾਡੀਆਂ ਬਹੁਤ ਸਾਰੀਆਂ ਲੀਕਸ ਉਹਨਾਂ ਕੋਲੇ ਚਲੀਆਂ ਜਾਂਦੀਆਂ ਤੁਹਾਡਾ ਪਾਸਵਰਡ ਵੀ ਉਹਨਾਂ ਕੋਲ ਜਾ ਸਕਦਾ ਏ ਪਿੰਨ ਵੀ ਉਹਨਾਂ ਕੋਲੇ ਜਾ ਸਕਦਾ ਸੋ ਉਹ ਮੈਂ ਨਹੀਂ ਕੀਤਾ ਮੈਂ ਇਹੀ ਕਹਿੰਦਾ ਰਿਹਾ ਮੈਂ ਕਰਦਾ ਮੈਂ ਕਰਦਾ ਸੋ ਬਹੁਤ ਮਤਲਬ ਮੈਨੂੰ ਹੈਰਾਨਗੀ ਹੋਈ ਕਿ ਅੱਜਕੱਲ ਕਿੱਦਾਂ ਦੇ ਫਰਾਡ ਹੋ ਰਿਹਾ ਏ ਔਰ ਇੱਕ ਇੰਡਸਟਰੀ ਦੇ ਬੰਦੇ ਇੰ ਔਰ ਇਹ ਪੱਕੀ ਗੱਲ ਹੈ ਕਿ ਉਹ ਉਸ ਇੰਡਸਟਰੀ ਦਾ ਹੀ ਬੰਦਾ ਹੈ ਕਿਉਂਕਿ ਉਹਨੂੰ ਹਰ ਚੀਜ਼ ਬਾਰੇ ਪਤਾ ਹੈ ਰਿਕਾਰਡਿੰਗ ਬਾਰੇ ਪਤਾ ਹੈ ਪੀਪੀਐਲ ਬਾਰੇ ਪਤਾ ਹੈ ਆਈਪੀਆਰਐਸ ਬਾਰੇ ਪਤਾ ਹੈ ਸੋ ਸਾਰਿਆਂ ਨੂੰ ਮੈਂ ਹੀ ਕਹਾਂਗਾ ਕਿ ਬਚ ਕੇ ਰਹੋ ਬਹੁਤ ਬੁਰੇ ਦਿਨ ਆਏ ਹੈ ਔਰ ਖਾਸ ਕਰਕੇ ਕਲਾਕਾਰਾਂ ਤੇ ਬਹੁਤ ਮਾੜਾ ਵਕਤ ਚੱਲ ਰਿਹਾ ਹੈ ਤੇ ਇਸ ਵਕਤ ਦੇ ਵਿੱਚ ਥੋੜਾ ਜਿ ਆਪਣੇ ਆਪ ਨੂੰ ਸਾਰੇ ਸੰਭਲ ਕੇ ਚੱਲੋ ਔਰ ਮੈਂ ਚਾਹੁੰਦਾ ਜਗਬਾਣੀ ਦੀ ਟੀਮ ਰਾਹੀਂ ਕਿਉਂਕਿ ਮੈਨੂੰ ਪਤਾ ਹੈ ਕਿ ਪ੍ਰੈਸ ਦਾ ਬਹੁਤ ਵੱਡਾ ਰੋਲ ਹੈ ਜੋ ਕੋਈ ਵੀ ਨਹੀਂ ਕਰ ਸਕਦਾ ਉਹ ਕੰਪਰੈਸ ਕਰਦੀ ਹੈ ਇਸ ਕਰਕੇ ਮੈਂ ਜਗਬਾਣੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੇਰੇ ਘਰ ਆ ਕੇ ਮੇਰੀ ਇਹ ਜਿਹੜਾ ਦੁੱਖ ਹੈ ਮੇਰਾ ਦਰਦ ਹੈ ਜਾਂ ਮੇਰੀ ਪ੍ਰੋਬਲਮ ਹੈ ਉਹਨੂੰ ਸੁਣਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੀ ਪੀਪੀਐਲ ਤੱਕ ਵੀ ਗੱਲ ਪਹੁੰਚੇਗੀ ਔਰ ਇਹ ਐਮਟੀਵੀ ਕੋਕ ਸਟੂਡੀਓ ਤੱਕ ਗੱਲ ਵੀ ਪਹੁੰਚੇਗੀ ਤੇ ਅੱਗੇ ਤੋਂ ਜਿਹੜੀ ਇਹ ਫਰੇਮ ਤੇ ਜਿਹੜਾ ਇਹ ਧੁਖਾ ਧੜੀ ਲੋਕਾਂ ਨਾਲ ਹੋ ਰਹੀ ਹੈ ਮੈਨੂੰ ਲੱਗਦਾ ਕਿ ਇਹਦੇ ਤੇ ਲਗਾਮ ਜਰੂਰ ਕਸੀ ਜਾਊਗੀ ਜੀ ਮੈਂ ਜਦੋਂ ਮੈਨੂੰ ਕਾਲ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਮੈਂ ਇੱਕ ਮੇਰੇ ਦੋਸਤ ਨੇ ਉਹਨਾਂ ਨਾਲ ਮੈਂ ਐਡਵਾਈਸ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਇੱਕ ਵਾਰੀ ਪੰਜਾਬ ਪੁਲਿਸ ਦੇ ਨਾਲ ਵੀ ਤੁਸੀਂ لازਮੀ ਗੱਲ ਕਰੋ ਸੋ ਮੈਂ ਮਨਯੋਗ ਐਸਐਸਪੀ ਸਾਹਿਬ ਫਰੀਦਕੋਟ ਜਿਹੜੇ ਕਿ ਹਾਲੇ ਨਵੇਂ-ਨਵੇਂ ਇੱਥੇ ਆਏ ਐ ਸੋ ਮੈਂ ਉਹਨਾਂ ਨੂੰ ਵੈਲਕਮ ਵੀ ਕੀਤਾ ਔਰ ਮੈਂ ਇੱਕ ਵਾਇਸਓਵਰ ਰਿਕਾਰਡ ਕਰਕੇ ਐਸਐਸਪੀ ਸਾਹਿਬ ਨੂੰ ਕਿਹਾ ਸੀਗਾ ਕਿ ਸਰ ਮੇਰੇ ਨਾਲ ਇੱਕ ਫਰਾਡ ਹੋ ਰਿਹਾ ਹੈ ਇਸ ਤਰੀਕੇ ਦੇ ਬੰਦੇ ਆ ਜਿਹੜੇ ਐਦਾਂ ਦੀਆਂ ਡਿਮਾਂਡਾਂ ਕਰ ਰਹੇ ਨੇ ਔਰ ਸਾਰੇ ਫੇਕ ਆ 100% ਮੈਨੂੰ ਇਹ ਚੀਜ਼ ਦਾ ਪਤਾ ਹੈ ਤੇ ਪਲੀਜ਼ ਇਹਦੀ ਜਿਹੜੀ ਐ ਪੁਸ਼ਟੀ ਕੀਤੀ ਜਾਵੇ ਤੇ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾਵੇ ਤੇ ਜਾਂ ਮੈਨੂੰ ਦੱਸਿਆ ਜਾਵੇ ਕਿ ਮੈਂ ਕੀ ਕਰਨਾ ਹੈ ਲੇਕਿਨ ਫਰੀ ਕੁੱਟ ਦੇ ਵਿੱਚ ਇਸ ਵਕਤ ਬਹੁਤ ਵੱਡਾ ਜੋ ਕਿ ਬਾਬਾ ਫਰੀ ਜੀ ਦਾ ਮੇਲਾ ਚੱਲ ਰਿਹਾ ਹੈ ਮੈਨੂੰ ਲੱਗਦਾ ਸ਼ਾਇਦ ਉਹਨਾਂ ਕੋਲ ਟਾਈਮ ਨਹੀਂ ਮਿਲਿਆ ਜਾਂ ਉਹ ਬਹੁਤਾ ਧਿਆਨ ਦੇ ਨਹੀਂ ਸਕੇ ਜਾਂ ਕੁਝ ਵੀ ਹੋ ਸਕਦਾ ਹੈ ਲੇਕਿਨ ਮੈਂ ਇੱਕ ਵਾਰੀ ਉਹਨਾਂ ਦੇ ਧਿਆਨ ਚ ਜ਼ਰੂਰ ਲੈਂਦਾ ਲੇਕਿਨ ਮੈਂ ਇਹ ਸਮਝਦਾ ਕਿ ਇਹ ਚੀਜ਼ ਨੂੰ ਨੱਥ ਪਾਉਣ ਵਾਸਤੇ ਜ਼ਰੂਰੀ ਹੈ ਕਿ ਜਿਨ੍ਹਾਂ ਧਾਰਿਆਂ ਉਹ ਮਤਲਬ ਫਰੀਵ ਕਰ ਰਹੇ ਨੇ ਫਰਾਡ ਕਰ ਰਹੇ ਨੇ ਅਗਰ ਉਹਨਾਂ ਤੱਕ ਗੱਲ ਪਹੁੰਚ ਜਾਵੇ ਤਾਂ ਖੁਦ ਉਹ ਵੀ ਕਾਰਵਾਈ ਕਰਨਗੇ ਔਰ ਅਸੀਂ ਵੀ ਤਿਆਰ ਹੈ ਚੀਜ਼ ਨੂੰ ਸਾਡੀ ਇੰਡਸਟਰੀ ਵੀ ਪੂਰੀ ਤਿਆਰ ਮੈਨੂੰ ਲੱਗਦਾ ਕਿ ਸਾਰੇ ਮੇਰੇ ਨਾਲ ਹੋਣਗੇ ਫਰੀਦਕੋਟ ਤੋਂ ਜਗਤਾਰ ਦੁਸਾਂਚ ਜਗਬਾਣੀ ਟੀਵੀ